ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ। ਮਲਟੀ ਸਟੇਟ ਬੈਂਕ ਚੈੱਕ ਫਰਾਡ ਸਿੰਡੀਕੇਟ ਦਾ ਕੀਤਾ ਪਰਦਾਫਾਸ਼। ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਲਟੀ ਸਟੇਟ ਬੈਂਕ ਚੈੱਕ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ 3 ਸੂਬਿਆਂ ਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਕੈਮ 6 ਸੂਬਿਆਂ ਵਿੱਚ ਫੈਲੇ ਹੋਏ ਸੀ, ਜਿਸ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ ਸ਼ਾਮਲ ਸਨ। ਇਸ ਮਾਮਲੇ 'ਚ 61 ਘਪਲਿਆਂ ਦੀ ਪਛਾਣ ਕੀਤੀ ਗਈ ਅਤੇ 19 ਖਾਤੇ ਜ਼ਬਤ ਕੀਤੇ ਗਏ ਨੇ। ਇਸ ਦੇ ਨਾਲ ਹੀ 44 ATM ਕਾਰਡ, 17 ਚੈੱਕਬੁੱਕਾਂ ਸਮੇਤ ਇਤਰਾਜ਼ਯੋਗ ਸਮਾਨ ਵੀ ਬਰਾਮਦ ਕੀਤਾ ਗਿਆ। ਇਸ ਦੀ ਜਾਣਕਾਰੀ DGP ਪੰਜਾਬ ਵੱਲੋਂ X 'ਤੇ ਵੀ ਸਾਂਝੀ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਮਾਣਯੋਗ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਕ੍ਰਾਈਮ ਬ੍ਰਾਂਚ ਜਲੰਧਰ ਕਮਿਸ਼ਨਰੇਟ ਨੇ 5 ਵਿਅਕਤੀ ਗ੍ਰਿਫਤਾਰ ਕੀਤੇ ਜੀ। ਇੱਕ ਅੰਮ੍ਰਿਤਸਰ ਤੋਂ, ਇੱਕ ਅਬੋਹਰ ਤੋਂ ਅਤੇ 3 ਜਿਹੜੇ ਹੈ ਉਹ ਜੰਮੂ ਤੋਂ। ਇਹ ਬੇਸਿਕਲੀ ਵਾਈਟ ਕਾਲਰ ਕੰਮ ਕਰਦੇ ਆ ਰੂਟੀਨ। ਜਦ ਵੀ ਕੋਈ ਵਾਰਦਾਤ ਜਿਹੜੀ ਮੈਂ ਤੁਹਾਨੂੰ ਬਰੀਫ ਕਰਨੀ ਹੁੰਦੀ ਹੈ ਅਤੇ ਏਰੀਆ, ਪਲੇਸ, ਟਾਈਮ ਡਿਸਾਈਡ ਕਰਕੇ ਇਕੱਠੇ ਕਰ। ਬੈਂਕ ਚੈੱਕ ਫਰੋਡ ਕਰਦੇ ਸੀਗੇ 2023-24 'ਚ 61 ਵਾਰਦਾਤਾਂ ਕਰ ਚੁੱਕੇ ਹਾਂ। 61 ਕਾਫੀਆਂ 'ਚ ਪਰਚੇ ਵੀ ਦਰਜ ਹੈ ਅਤੇ ਕਾਫੀ ਸਟੇਟ 'ਚ ਇਹ ਐਕਟਿਵ ਸੀਗੇ, ਜਿਵੇਂ ਪੰਜਾਬ ਹੋ ਗਿਆ, ਚੰਡੀਗੜ੍ਹ, ਬਿਹਾਰ, HP, ਹਿਮਾਚਲ ਪ੍ਰਦੇਸ਼, ਵੈਸਟ ਬੰਗਾਲ ਅਤੇ UP। ਮੋਡਸ ਓਪਰੈਂਡੀ ਇਹ ਹੈ ਕਿ ਜਦ ਵੀ ਤੁਸੀਂ ਬੈਂਕ ਜਾਓ ਕੋਈ ਚੈੱਕ ਲੈ ਕੇ ਅਤੇ ਤੁਸੀਂ ਡਰੋਪ ਬਾਕਸ 'ਚ ਪਾ ਦਿੰਦੇ, ਠੀਕ ਹੈ। ਡਰੋਪ ਬਾਕਸ 'ਚ ਇਹਨਾਂ ਨੇ ਚੈੱਕ ਹੋ ਗਏ ਜੀ 10-12, ਹੁਣ ਕੈਸ਼ੀਅਰ ਚੈੱਕ ਨਹੀਂ ਲੈਂਦਾ, ਉਹ ਡਰੋਪ ਬਾਕਸ ਤਾਂ ਸ਼ਾਮ ਨੂੰ ਆਫ ਟਾਈਮ ਜਦ ਪਬਲਿਕ ਡੀਲਿੰਗ ਦਾ ਟਾਈਮ ਖਤਮ ਹੋ ਜਾਂਦਾ ਤਾਂ ਉਹ ਚੈੱਕ ਨਿਕਾਲਦਾ। ਡਰੋਪ ਬਾਕਸ ਚੈੱਕ ਚਲਾ ਗਿਆ ਜੀ, 25-30 ਚੈੱਕ ਹੋ ਗਏ ਜੀ। ਇਹਨਾਂ ਨੇ, ਦੋ ਬੰਦਿਆਂ ਨੇ ਜਾਣਾ ਕਿ ਜੀ ਆਪਾਂ ਇੱਕ ਚੈੱਕ ਫਲਾਣੇ ਫਲਾਣੇ ਬੈਂਕ ਦਾ ਚੈੱਕ ਪਾਇਆ ਸੀਗਾ ਅਤੇ ਸਾਨੂੰ ਅਮਾਊਂਟ ਯਾਦ ਨਹੀਂ ਹੈ ਕਿ ਆਪਾਂ ਪਾਣਾ ਨਹੀਂ। ਅਤੇ ਜੇ ਜਿਹੜਾ ਵੀ PN ਹੈ ਇੰਚਾਰਜ ਹੈ ਉਹਨਾਂ ਨੂੰ ਦਿਖਾ ਦਿੰਦਾ ਕਿ ਜੀ 25 ਚੈੱਕ ਹੈ। ਕਰਦੇ ਕਰਦੇ ਇਹ ਚੈੱਕ 'ਚ ਨਾਂ ਅਤੇ ਅਮਾਊਂਟ ਉਹ ਦੇਖ ਲੈਣਗੇ, ਦੇਖ ਲਈਏ ਜੀ ਚਲੇ ਗਏ। ਫਿਰ ਥੋੜ੍ਹੀ ਦੇਰ ਬਾਅਦ ਦੋ ਹੋਰ ਬੰਦੇ ਜਾਂਦੇ ਹੈ, ਚੈੱਕ ਦਾ ਅਮਾਊਂਟ ਅਤੇ ਨਾਂ ਤਾਂ ਪਤਾ ਹੁੰਦਾ। ਉਹ ਕਹਿੰਦੇ ਜੀ ਆਪਾਂ ਚੈੱਕ ਲਾਇਆ ਸੀ, ਉਹ ਆਪਾਂ ਚੈੱਕ ਹੁਣ ਲਾ ਲੈਣੀ ਹੈ। ਕਹਿੰਦੇ ਠੀਕ ਹੈ ਜੀ। ਉਹ ਚੈੱਕ ਨਿਕਾਲ, ਕਹਿੰਦੇ ਕਿੰਨਾ ਅਮਾਊਂਟ ਸੀਗਾ, ਇੰਨਾ ਅਮਾਊਂਟ ਸੀਗਾ, ਕਿਉਂਕਿ ਪਹਿਲਾਂ ਉਹ ਦੇਖ ਚੁੱਕੇ ਹਾਂ ਕਿਸ ਨਾਂ 'ਤੇ ਸੀਗਾ, ਫਲਾਣੇ ਨਾਂ 'ਤੇ ਸੀਗਾ, ਫਲਾਣੇ ਬੈਂਕ ਦਾ ਸੀ। ਉਹ ਨਿਕਾਲ ਕੇ ਚੈੱਕ ਉਹਨਾਂ ਨੂੰ ਵਾਪਸ ਕਰ, ਉਸ ਚੈੱਕ 'ਚ ਫਿਰ ਟੈਂਪਰਿੰਗ ਕਰਕੇ ਆਪਣਾ ਨਾਂ ਭਰ ਕੇ ਕੰਸਰਨ ਬ੍ਰਾਂਚ ਜਾ ਕੇ ਉਹ ਚੈੱਕ ਲਾ ਲਏ। ਹੁਣ ਇਹਦੀ ਇਹ ਕੋਈ 10-15 ਦਿਨ ਤੋਂ ਚੱਲ ਰਿਹਾ ਸੀਗਾ ਓਪਰੇਸ਼ਨ। 3 ਬੰਦੇ ਜੰਮੂ ਤੋਂ ਫੜ ਕੇ ਲੈ ਕੇ ਆਏ ਆਪਾਂ, 44 ATMs, 17 ਚੈੱਕਬੁੱਕਸ ਅਤੇ 18 ਅਕਾਊਂਟਸ ਇਹਨਾਂ ਦੇ ਫਰੀਜ਼ ਕਰਾਏ ਹੈ। ਜਿਹੜੇ ਅਕਾਊਂਟਸ ਹੈ 18 ਇਹਨਾਂ ਦੇ ਆਪਣੇ, ਉਹਦੇ 'ਚ ਕੋਈ 5-5.5 ਕਰੋੜ ਰੁਪਇਆ ਜਿਹੜਾ ਹੈ ਲੋਕਾਂ ਦਾ ਜਿਹੜਾ ਠੱਗਿਆ ਹੋਇਆ ਉਹ ਮੌਜੂਦ ਹੈ, ਉਹ ਆਪਾਂ ਫਰੀਜ਼ ਕਰਾਤਾ ਅਤੇ ਕੰਸਰਨਡ ਜਿਹੜੇ ਲੋਕ ਜਿਹਨਾਂ ਨਾਲ ਠੱਗੀ ਵੱਜੀ ਹੈ ਉਹਨਾਂ ਨੂੰ ਵਾਪਸ ਕੀਤਾ। ਜਲੰਧਰ ਤੋਂ ਪੱਤਰਕਾਰ ਸੰਦੀਪ ਕੌਲ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ TV ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।